संजय कपूर, मीडिया पैनलिस्ट बीजेपी पंजाब। देखो ਸਾਡਾ ਬਜਟ ਥੋੜੇ ਦਿਨ ਪਹਿਲੇ ਆਇਆ ਹੈਗਾ ਵਾ ਔਰ ਓਪੋਜੀਸ਼ਨ ਪਾਰਟੀਆਂ ਨੇ ਇੱਕ ਬੜਾ ਪ੍ਰੋਪੇਗੰਡਾ ਕੀਤਾ ਹੈਗਾ ਕਿ ਬਜਟ ਦੇ ਵਿੱਚ ਬਹੁਤ ਕਮੀਆਂ ਹੈਗੀਆਂ, ਪਰ ਸਰਕਾਰ ਨੇ ਜੋ 2014 ਦੇ ਵਿੱਚ ਡਿਵੈਲਪਮੈਂਟ ਸਟਾਰਟ ਕੀਤੀ ਸੀ, ਇਹ ਬਜਟ ਉਹੀ ਦਿਸ਼ਾ ਦੇ ਵਿੱਚ ਅੱਗੇ ਵੱਧਦਾ ਹੈਗਾ ਕਿ ਲੋਕਾਂ ਤੱਕ ਸਹੀ ਗੱਲਾਂ ਪਹੁੰਚ ਸਕਣ ਕਿ ਸਰਕਾਰ ਲੋਕਾਂ ਦੇ ਬੈਨੀਫਿਟ ਲਈ ਕੀ ਕੀ ਕੰਮ ਕਰਦੀ ਪਈ ਹੈਗੀ ਹੈ, ਇਹ ਸਾਰੀਆਂ ਗੱਲਾਂ ਲੋਕਾਂ ਤੱਕ ਸਹੀ ਢੰਗ ਨਾਲ ਪਹੁੰਚ ਸਕਣ। ਇਸ ਕਾਰਨ ਬੀਜੇਪੀ ਨੇ ਨਿਰਣੇ ਲਿੱਤਾ ਕਿ ਆਪਾਂ ਹਰ ਜ਼ਿਲ੍ਹੇ ਦੇ ਵਿੱਚ ਜਾਵਾਂਗੇ ਔਰ ਲੋਕਾਂ ਨੂੰ ਦੱਸਾਂਗੇ ਕਿ ਸਰਕਾਰ ਲੋਕਾਂ ਦੇ ਹਿੱਤਾਂ ਦੇ ਪ੍ਰਤੀ ਕਿੰਨੀ ਚਿੰਤਿਤ ਹੈ ਔਰ ਉਸ ਦਿਸ਼ਾ ਦੇ ਵਿੱਚ ਕਿਵੇਂ ਅੱਗੇ ਵੱਧਦੀ ਪਈ ਹੈ। ਸੋ ਇਸ ਕੰਟੈਕਸਟ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਔਰ ਸਾਰੀਆਂ ਗੱਲਾਂ ਔਰ ਬਜਟ ਦੇ ਵਿੱਚ ਜਿਹੜੇ ਜਿਹੜੇ ਅੱਛੇ ਫੀਚਰ ਹੈਗੇ ਹੈ ਦੇਸ਼ ਦੀ ਡਿਵੈਲਪਮੈਂਟ ਨਾਲ ਰਿਲੇਟਡ, ਉਹ ਸਾਰੇ ਫੀਚਰ ਲੋਕਾਂ ਨੂੰ ਦੱਸੇ ਜਾ ਰਹੇ ਹੈ, ਮੀਡੀਆ ਨੂੰ ਦੱਸੇ ਜਾ ਰਹੇ ਹੈਗੇ ਹੈ ਕਿ ਲੋਕੀ ਇਸੇ ਬਾਰੇ ਜਾਣਕਾਰ ਬਣਨ ਔਰ ਕੱਲ ਨੂੰ ਜੋ ਵੀ ਐਡਵਾਂਟੇਜ ਜੋ ਵੀ ਬੈਨੀਫਿਟ ਸਰਕਾਰ ਲੋਕਾਂ ਲਈ ਕਰਦੀ ਪਈ ਹੈ ਲੋਕੀ ਉਹਦੇ ਬਾਰੇ ਅਵੇਅਰ ਹੋਣ, ਉਹ ਬੈਨੀਫਿਟ ਲੋਕਾਂ ਤੱਕ ਪਹੁੰਚ ਸਕਣ। ਸਰ ਗਵਰਨਮੈਂਟ ਬਜਟ ਕਾਫੀ ਕਰਦੀ ਹੈ, ਸਭ ਤੋਂ ਟੈਕਸ ਫੋਰਸ ਹੋ ਗਿਆ, ਜੇ ਆਪਾਂ ਲੋਕਲ ਗੱਲ ਕਰ ਲਈਏ ਤੇ ਕੋਈ ਵੀ ਹੈਲਥ ਚੰਗੀ ਸੁਵਿਧਾ ਉਪਲਬਧ ਨਹੀਂ ਹੈ ਹਸਪੀਟਲ ਵਿੱਚ, ਸਾਡੇ ਕਪੂਰਥਲਾ ਮੈਡੀਕਲ ਕਾਲਜ ਵੀ ਬੀਜੇਪੀ ਨੇ ਲਾਰਜ ਕੀਤਾ, ਫਿਰ ਤਾਂ ਕੰਮ ਸ਼ੁਰੂ ਹੋਇਆ। ਤੁਸੀਂ ਬਿਲਕੁਲ ਠੀਕ ਗੱਲ ਕਰ ਰਹੇ ਹੋ, ਮੈਂ ਤੁਹਾਡੇ ਨਾਲ ਬਿਲਕੁਲ ਕਨਵਿੰਸਡ ਹਾਂ ਮਾ। ਦੇਖੋ ਸੈਂਟਰ ਦੀਆਂ ਬੜੀਆਂ ਸਕੀਮਾਂ ਹੁੰਦੀਆਂ ਹੈਗੀਆਂ, ਇਹ ਸਟੇਟ ਗਵਰਨਮੈਂਟ ਨੂੰ ਦੇਖਣਾ ਪਏਗਾ ਕਿ ਸੈਂਟਰ ਦੀ ਉਹ ਸਕੀਮਾਂ ਦਾ ਐਡਵਾਂਟੇਜ ਕਿਵੇਂ ਲੈ ਸਕਦੀ ਹੈ। ਪਰ ਜੇ ਸਟੇਟ ਗਵਰਨਮੈਂਟ ਬਿਲਕੁਲ ਹੀ ਨਿਕੰਮੀ ਹੋਵੇ ਔਰ ਕੁਛ ਵੀ ਕਰਨਾ ਨਾ ਚਾਹੁੰਦੀ ਹੋਵੇ ਤੇ ਫਿਰ ਉਹ ਸੈਂਟਰ ਦੀ ਸਕੀਮਾਂ ਆਉਂਦੀਆਂ ਤੇ ਲੈਪਸ ਹੋ ਜਾਂਦੀਆਂ ਹੈਗੀਆਂ। ਹਰ ਸੈਂਟਰ ਦੀ ਸਕੀਮਾਂ ਦੇ ਵਿੱਚ ਸੈਂਟਰ ਦਾ ਇੱਕ ਮੈਜੋਰਿਟੀ ਸ਼ੇਅਰ ਹੁੰਦਾ ਹੈਗਾ ਵੈ, ਪਰ ਇੱਕ ਮਾਈਨੋਰਿਟੀ ਸ਼ੇਅਰ ਸਟੇਟ ਨੂੰ ਵੀ ਪਾਉਣਾ ਪੈਂਦਾ ਹੈਗਾ ਵੈ। ਹੁਣ ਜਦੋਂ ਸਟੇਟ ਆਪਣੇ ਹਿੱਸੇ ਦਾ ਸ਼ੇਅਰ ਹੀ ਨਾ ਪਾਵੇਗੀ ਤੇ ਉਹ ਸੈਂਟਰ ਦੀ ਸਕੀਮ ਆਟੋਮੈਟ਀ਕਲੀ ਲੈਪਸ ਕਰੇਗੀ। ਤੁਸੀਂ ਨੈਸ਼ਨਲ ਹਾਈਵੇ ਲਈ 58,000 ਕਰੋੜ ਰੁਪਏ ਪੰਜਾਬ ਲਈ ਸੈਂਕਸ਼ਨਡ ਹੈਗੇ ਹੈ ਤੇ ਸਟੇਟ ਆਪਣਾ ਹਿੱਸਾ ਹੀ ਨਹੀਂ ਪਾ ਰਹੀ, ਜਾਂ ਜ਼ਮੀਨਾਂ ਸਾਈਡਾਂ ਦੀ ਐਕਵਾਇਰ ਕਰਕੇ ਲੋਕਾਂ ਨੂੰ ਕੰਪਨਸੇਸ਼ਨ ਨਹੀਂ ਦੇਗੀ, ਸੈਂਟਰ ਨੂੰ ਅਵੇਲੇਬਲ ਨਹੀਂ ਕਰਾਏਗੀ ਤੇ ਸੈਂਟਰ ਕੀ ਕਰ ਰਹੇਗਾ। ਸੈਂਟਰ ਨੇ ਤੇ ਆਪਣਾ ਕੰਮ ਸਕੀਮਾਂ ਲਾਂਚ ਕਰਕੇ ਕਰ ਦਿੱਤਾ, ਪਰ ਸਟੇਟ ਆਪਣਾ ਕੰਮ ਸਹੀ ਢੰਗ ਨਾਲ ਨਹੀਂ ਕਰ ਪਾਈ। ਮੈਂ ਤੁਹਾਨੂੰ ਐਗਜ਼ਾਮਪਲ ਦੇ ਦਿੰਦਾ ਵਾ, ਇੱਕ ਨੈਸ਼ਨਲ ਹੈਲਥ ਮਿਸ਼ਨ ਦਾ ਬੜਾ ਸ਼ੋਰ ਮਚਾਉਂਦੀ ਰਹੀ ਸਟੇਟ ਗਵਰਨਮੈਂਟ। ਕਿਆ ਹੁੰਦਾ ਹੈਗਾ ਵਾ ਕਿ ਜਿਹੜੇ ਨੋਰਮਸ ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਬਣੇ ਹੁੰਦੇ ਆ ਨਾ, ਹਰ ਸਟੇਟ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਸੈਂਟਰ ਜਿਹੜੇ ਕਾਨੂੰਨ ਬਣਾਵੇ ਉਹ ਕਾਨੂੰਨਾਂ ਦੇ ਅੰਤਰਗਤ ਕੰਮ ਕਰੇ ਔਰ ਕਾਨੂੰਨਾਂ ਨੂੰ ਐਜ਼ ਇਟ ਇਜ਼ ਇੰਪਲੀਮੈਂਟ ਕਰੇ। ਪਰ ਜੇ ਉਹ ਤੁਸੀਂ ਕਾਨੂੰਨਾਂ 'ਚ ਛੇੜਖਾਨੀਆਂ ਕਰਨੀ ਚਾਲੂ ਕਰਦੇ ਹੋ, ਉਹਨੂੰ ਡਿਸਟਰਬ ਕਰਨਾ ਸ਼ੁਰੂ ਕਰਦੇ ਹੋ, ਆਪਣੀ ਪਾਰਟੀ ਨੂੰ ਪ੍ਰਮੋਟ ਕਰਨਾ ਸ਼ੁਰੂ ਕਰਦੇ ਹੋ ਉਹ ਸਕੀਮਾਂ ਦੀ ਕੋਸਟ ਤੇ ਸੈਂਟਰ ਕਿਸੇ ਪੈਸਾ ਦੇਵੇਗਾ, ਕਿਉਂਕਿ ਸੈਂਟਰ ਨੇ ਤੇ ਜਿਹੜੀ ਸਕੀਮਾਂ ਬਣਾਈਆਂ ਉਹ ਸਕੀਮਾਂ ਦੇ ਅੰਤਰਗਤ ਹੀ ਤੁਹਾਨੂੰ ਪੈਸਾ ਦੇਣਾ ਹੈਗਾ। ਫਿਰ ਤੁਸੀਂ ਇੱਕ ਰਾਜਨੀਤੀ ਕਰਨ ਤੋਂ ਇਲਾਵਾ ਕੁਛ ਨਹੀਂ ਕਰ ਦੇਗੇ। ਸਾਡਾ ਪੰਜਾਬ ਦੀ ਸਰਕਾਰ ਜਦੋਂ ਤੱਕ ਮੈਂ ਦੇਖਣਾ ਹੈਗਾ, ਇਹ ਸਾਡੇ ਪੰਜਾਬੀਆਂ ਦੀ ਬੜੀ ਮਾੜੀ ਕਿਸਮਤ ਹੈਗੀ ਹੈ ਕਿ ਸਾਨੂੰ ਇਹੋ ਜਿਹੀ ਸਰਕਾਰ ਮਿਲੀ ਹੈ ਆਮ ਆਦਮੀ ਪਾਰਟੀ ਦੀ। ਅੱਜ 2.5 ਸਾਲ ਬੀਤ ਗਏ ਆ, ਲੋਕਾਂ ਨੂੰ ਤੇ ਇਹ ਮਹਿਸੂਸ ਹੋਣ ਲੱਗ ਪਿਆ ਕਿ ਜੇ ਪੰਜਾਬ ਦੇ ਵਿੱਚ ਸਰਕਾਰ ਨਾਮ ਦੀ ਚੀਜ਼ ਹੀ ਕੋਈ ਨਹੀਂ। ਪਰ ਤੁਸੀਂ ਕਾਨੂੰਨਾਂ ਦੀ ਹੁਣ ਗੱਲ ਕੀਤੀ, ਵਿਸ਼ਾ ਚਾਹੇ ਵੱਖਰਾ ਆ, ਬਹੁਤ ਸ਼ੰਕੇ ਲੋਕਾਂ 'ਚ ਪੈਦਾ ਹੋ ਗਏ ਕਿ ਜਿਹੜੇ ਨਵੇਂ ਕਾਨੂੰਨ ਲਾਗੂ ਹੋਏ ਆ 1 ਜੁਲਾਈ ਦਾ, ਆਪਰਾਧਿਕ ਕਾਨੂੰਨ ਲੈ ਕੇ ਵਿਰੋਧ ਵੀ ਲੋਕੀ ਸ਼ੁਰੂ ਕਰਤਾ, ਉਹਦਾ ਥੋੜ੍ਹਾ ਦੱਸੋ। 1 ਜੁਲਾਈ ਦੇ ਕਿਹੜੇ ਕਾਨੂੰਨ ਦੀ ਗੱਲ ਕਰ ਰਹੇ ਹੋ? ਨਵੇਂ ਧਾਰਾ ਚੇਂਜ ਕੀਤੀਆਂ ਕਈ ਤਰ੍ਹਾਂ ਦੇ, ਜਿਹੜੇ ਕਿਹੜੇ ਕਿਹੜੇ ਐਕਟ ਦੀ ਗੱਲ ਕਰ ਰਹੇ ਹੋ ਤੁਸੀਂ? ਐਚਪੀਸੀ ਤੋਂ ਕਨਵਰਟ ਹੋ ਗਈ ਡੀਐਨਐਸ, ਉਹਦੇ 'ਚ ਕੁਛ ਨਹੀਂ ਹੈਗਾ। ਉਹਦੇ ਵਿੱਚ ਆਪਾਂ ਕਈ ਕਲੋਜ਼ਾਂ ਜਿਹੜੀਆਂ ਹੈਗੀਆਂ ਸੀ, ਪਤਾ ਨਹੀਂ ਅੰਗਰੇਜ਼ਾਂ ਦੇ ਟਾਈਮ ਦੀਆਂ ਚੱਲਦੀਆਂ ਆ ਰਹੀ ਸੀ, ਉਹ ਘਟਾਈਆਂ ਨੇ, ਸਗੋਂ 100 ਤੋਂ ਵੱਧ ਕਲੋਜ਼ਸ ਉੜਾ ਦਿੱਤੀਆਂ। ਮੈਂ ਤੁਹਾਨੂੰ ਇੰਟਰਸਟਿੰਗ ਗੱਲ ਦੱਸਣਾ ਵਾ,
1500 ਦੇ ਕਰੀਬ ਕਰੀਬ ਆਪਾਂ ਜਿਹੜੇ ਕਾਨੂੰਨ ਹੈ ਨਾ 2014 ਤੋਂ ਲੈ ਕੇ 2024 ਤੱਕ ਰਿਪੀਲ ਕੀਤੇ ਹੈ 1500 ਕਾਨੂੰਨ। ਉਹ ਕਾਨੂੰਨ ਕੋਈ 100 ਸਾਲ ਪਹਿਲੇ ਬਣਿਆ ਸੀ, ਕੋਈ 150 ਸਾਲ ਪਹਿਲੇ ਬਣਿਆ ਸੀ, ਕੋਈ 200 ਸਾਲ ਪਹਿਲੇ ਬਣਿਆ ਸੀ। ਅੱਜ ਵੀ ਤੁਹਾਨੂੰ ਮੈਂ ਇਹਦੀ ਗੱਲ ਦੱਸਦਾ ਵਾਂ, ਇੱਕ ਬੜਾ ਪੰਜਾਬ ਦਾ ਇੱਕ ਕਿੱਸਾ ਸੁਣਾ ਦਿੰਦਾ ਵਾਂ। ਪੰਜਾਬ ਦੇ ਵਿੱਚ ਹੈਗਾ ਪੰਜਾਬ ਸਰਾਏ ਐਕਟ। ਇਹ ਸਰਾਏ ਐਕਟ ਬਣਿਆ ਸੀ 1857 ਦਾ ਜਦੋਂ ਗਦਰ ਹੋਇਆ ਨਾ, ਉਸ ਟਾਈਮ ਅੰਗਰੇਜ਼ਾਂ ਨੇ ਬਣਾਇਆ ਸੀ ਕਿ ਜਦੋਂ ਕ੍ਰਾਂਤੀਕਾਰੀ ਸਰਾਵਾਂ 'ਚ ਆ ਕੇ ਰੁਕਦੇ ਸੀ ਤੇ ਉਹ ਇੰਟੀਮੇਟ ਕੀਤਾ ਜਾਵੇ ਤੇ ਉਹ ਇਨਫੋਰਮੇਸ਼ਨ ਅੰਗਰੇਜ਼ਾਂ ਨੂੰ ਮਿਲੇ ਕਿ ਵੀ ਉਹ ਸਰਾਵਾਂ 'ਚ ਰੁਕੇ ਹੈ ਤੇ ਉਹ ਬੇਸਿਕਲੀ ਉਹਨਾਂ ਨੂੰ ਪਕੜ ਸਕਣ। ਉਹ ਅੱਜ ਤੱਕ ਖਤਮ ਨਹੀਂ ਕੀਤਾ। ਔਰ ਜਿੰਨੇ ਹੋਟਲ ਇੰਡਸਟਰੀ ਦਰਬਾਰ ਸਾਹਿਬ ਦੇ ਆਸੇ ਪਾਸੇ ਡਿਵੈਲਪ ਹੋਈ ਉਹ ਅੱਜ ਵੀ ਪੰਜਾਬ ਸਰਾਏ ਐਕਟ ਦੇ ਅੰਦਰ ਆਉਂਦੀ ਹੈ। ਔਰ ਮਜ਼ੇ ਦੀ ਗੱਲ ਦੱਸੋ, ਅੱਜ ਵੀ ਪਾਕਿਸਤਾਨ ਨੂੰ ਬਣੇ ਸਾਡੇ ਤੋਂ ਅਲੱਗ ਹੋਏ 70-75 ਸਾਲ ਤੋਂ ਬਾਅਦ ਹੋ ਗਏ ਹੈ, ਅੱਜ ਵੀ ਉਹ 'ਚ ਪੈਨਲਟੀ ਲੈਣ ਦਾ ਹੱਕ ਪੰਜਾਬ ਸਰਾਏ ਐਕਟ 'ਚ ਲਾਹੌਰ ਹਾਈਕੋਰਟ ਨੂੰ ਹੈਗਾ ਵੇ। ਉਹ ਵੀ ਗਵਰਨਮੈਂਟ ਨਹੀਂ ਬਦਲ ਪਾਈ ਕਿ ਉਹਨੂੰ ਪੰਜਾਬ ਐਂਡ ਹਰਿਆਣਾ ਹਾਈਕੋਰਟ ਕਰ ਦੇਈ। ਇਹ ਤੇ ਹਾਲਾਤ ਹੈ ਸਾਡੇ ਦੇਸ਼ ਦੇ ਵਿੱਚ। ਸਾਡੀ ਸਰਕਾਰ ਬਣਨ ਤੋਂ ਬਾਅਦ 1500 ਦੇ ਕਰੀਬ ਕਰੀਬ ਆਪਾਂ ਜਿਹੜੇ ਕਾਨੂੰਨ ਹੈਗੇ ਸੀ ਜਿਹਨਾਂ ਦਾ ਕੋਈ ਮਤਲਬ ਨਹੀਂ ਸੀਗਾ ਅੱਜ ਦੇ ਟਾਈਮ ਤੇ, ਔਰ ਜਿਹੜੇ ਅਫਸਰਸ਼ਾਹੀ ਕਰਪਸ਼ਨ ਦਾ ਜ਼ਰੀਆ ਬਣਾਉਂਦੀ ਪਈ ਸੀ ਉਹ ਖਤਮ ਕਰ ਦਿੱਤੇ ਗਏ। ਐਸਾ ਕੁਛ ਨਹੀਂ ਹੈ, ਐਸਾ ਕੁਛ ਨਹੀਂ ਹੈਗਾ ਕਿ ਪੁਲਿਸ ਨੂੰ ਪਾਵਰਫੁਲ ਕੀਤਾ ਹੈਗਾ ਵੈ। ਬਿਲਕੁਲ ਗਲਤ ਐਲੀਗੇਸ਼ਨ ਹੈਗਾ ਵੈ। ਸਿਰਫ ਓਪੋਜੀਸ਼ਨ ਦਾ ਕੰਮ ਹੈ ਕਿ ਲੋਕਾਂ ਦੇ ਵਿੱਚ ਕਨਫਿਊਜ਼ਨ ਪੈਦਾ ਕਰਨਾ। ਰੈਦਰ ਆਪਾਂ 100 ਤੋਂ ਵੱਧ ਧਰਾਵਾਂ ਤੇ ਉੜਾ ਦਿੱਤੀਆਂ ਹੀ ਹੈ ਜਿਹ 'ਚ ਪੁਲਿਸ ਵਾਲਿਆਂ ਨੂੰ ਜ਼ਿਆਦਾ ਪਾਵਰ ਹੈਗੀ ਸੀ। ਹਾਊ ਦੇ ਕੈਨ ਦੇ ਸੇ ਲਾਈਕ ਦੈਟ? ਅਗਰ ਉਹਨਾਂ ਨੂੰ ਕੋਈ ਲੱਗਦਾ ਨਾ ਤੇ ਕਲੋਸ ਟੂ ਕਲੋਸ ਡਿਬੇਟ ਕਰ ਲਵੇ ਓਪੋਜੀਸ਼ਨ। ਮੈਂ ਓਪਨ ਚੈਲੰਜ ਦੇ ਰਿਹਾ ਤੁਹਾਡੇ ਸਾਹਮਣੇ। ਪੰਜਾਬ ਭਾਰਤੀ ਜਨਤਾ ਪਾਰਟੀ ਦੇ ਮੀਡੀਆ ਪੈਨਲਿਸਟ ਸ੍ਰੀ ਸੰਜੇ ਕਪੂਰ ਜੀ ਜਿਹੜੇ ਕਿ CA ਹਨ ਅੰਮ੍ਰਿਤਸਰ ਤੋਂ, ਉਹ ਅੱਜ ਸਾਨੂੰ ਕਪੂਰਥਲੇ ਜ਼ਿਲ੍ਹੇ ਨੂੰ ਜੋ ਸਾਡਾ ਮੋਦੀ ਸਰਕਾਰ ਦਾ ਕੇਂਦਰੀ ਬਜਟ ਆ ਉਹਦੇ ਬਾਰੇ ਸਾਨੂੰ ਚਾਨਣਾ ਪਾਉਣ ਵਾਸਤੇ ਸਾਡੇ 'ਚ ਹਾਜ਼ਰ ਹੋਏ ਆ, ਅਤੇ ਜੋ ਲੋਕਾਂ ਦੇ ਵਿੱਚ ਭਰਮ ਭੁਲੇਖੇ ਸਾਡੀ ਵਿਰੋਧੀ ਪਾਰਟੀਆਂ ਵੱਲੋਂ ਪਾਏ ਜਾ ਰਹੇ ਆ ਕਿ ਬਜਟ ਵਿੱਚ ਆਹ ਹੈ ਨਹੀਂ ਉਹ ਹੈ ਨਹੀਂ, ਉਹ ਸਾਰਾ ਕੁਝ ਅੱਜ ਪੱਤਰਕਾਰ ਵੀਰਾਂ ਦੇ ਸਾਹਮਣੇ ਅੱਜ ਸਾਰਾ ਖੁਲਾਸਾ ਕੀਤਾ ਗਿਆ ਕਿ ਕਿਵੇਂ ਜਿਹੜਾ ਬਜਟ ਆ ਇਹ 10 ਸਾਲ ਸਰਕਾਰ ਪਹਿਲਾਂ ਰਹੀ ਆ ਉਹਦੀ ਹੋਰ ਦੇਸ਼ ਦੀ ਗਤੀ ਨੂੰ ਤੇਜ਼ ਕਰਨ ਵਾਸਤੇ ਜਿਹੜਾ ਇਹ ਤੀਸਰਾ ਬਜਟ ਜਿਹੜਾ ਉਹ ਲਿਆਂਦਾ ਗਿਆ ਆ। ਔਰ ਮੈਂ ਸਮਝਦਾ ਕਿ ਜਿਹੜਾ ਇਹ ਜਿਹੜਾ ਬਜਟ ਆ ਇਹ ਦੇਸ਼ ਹਿੱਤ ਦੇ ਵਿੱਚ ਆ, ਦੇਸ਼ ਦੇ ਕਲਿਆਣਕਾਰੀ ਜਿਹੜੀ ਯੋਜਨਾਵਾਂ ਚੱਲ ਰਹੀਆਂ ਉਹਨਾਂ ਨੂੰ ਹੋਰ ਗਤੀ ਮਿਲੂਗੀ, ਸਾਡਾ ਦੇਸ਼ ਜਿਹੜਾ ਆ ਹੋਰ ਤਰੱਕੀ ਕਰੂਗਾ। ਸਾਡੀ ਸਮੁੱਚੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਉਹਨਾਂ ਇੱਥੇ ਸਨਮਾਨ ਸਮਾਰੋਹ ਉਹਨਾਂ ਦਾ ਕੀਤਾ ਗਿਆ, ਅਤੇ ਪੱਤਰਕਾਰ ਵੀਰਾਂ ਦੇ ਜਿਹੜੇ ਸਵਾਲ ਆ ਉਹ ਬੜੇ ਖੁੱਲ੍ਹੇ ਮਨ ਦੇ ਨਾਲ ਦਿੱਤੇ ਗਏ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।